ਹਾਂਜੀ ਮਿੱਡੇ ਮੀਲ ਦੇ ਵਿੱਚ ਜੋ ਆਪਾਂ ਬੱਚਿਆਂ ਦੇ ਅਕਾਊਂਟ ਦੇ ਵਿੱਚ ਬੈਨੇਫਿਸ਼ੀਰੀ ਬਣਾ ਕੇ ਮਿੱਡੇ ਮੀਲ ਦੇ ਪੈਸੇ ਭਾਰੇ ਆਂ ਕਈ ਵਾਰ ਕੋਈ ਸਿੰਗਲ ਬੱਚਾ ਰਹਿ ਜਾਂਦਾ ਸੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਡੀਓ ਦੇ ਅਕਾਊਂਟ ਤੇ ਜਾ ਕੇ ਐਕਸਪੈਂਡੀਚਰ ਵੀ ਜਾਣਾ ਐਕਸਪੈਂਡੀਚਰ ਵਿੱਚ ਜਾ ਕੇ ਆਪਾਂ ਜਾਣਾ ਜੀ ਐਡ ਨਿਊ ਦੇ ਉੱਪਰ ਐਡ ਨਿਊ ਦੇ ਉੱਪਰ ਜਾਣ ਤੋਂ ਬਾਅਦ ਆਪਾਂ ਇੱਥੇ ਸਕੀਮ ਆਪਣੀ ਸਿਲੈਕਟ ਕਰਨੀ ਹੈ ਮਿੱਡੇ ਮਿਲ ਸਕੀਮ ਪੀਵੀ67 ਔਰ ਇਸ ਤੋਂ ਬਾਅਦ ਹਾਂਜੀ ਇਸ ਤੋਂ ਬਾਅਦ ਤੁਸੀਂ ਜਾਣਾ ਜੀ ਐਕਸਪੈਂਡੀਚਰ ਡਨ ਫੋਰ ਐਕਸਪੈਂਡੀਚਰ ਡਨ ਫੋਰ ਨੂੰ ਤੁਸੀਂ ਉਹਦੇ ਉੱਪਰ ਕਰ ਦੇਣਾ ਬੈਨੇਫਿਸ਼ੀਰੀ ਉੱਪਰ ਸਿਲੈਕਟ ਇਸ ਤਰ੍ਹਾਂ ਜੂ ਐਕਸਪੈਂਡੀਚਰ ਡਾਟਾ ਫਰਮ ਬੈਨੀਫੀਸ਼ੀਰੀ ਬਸੜ ਕੋ ਨਾਲ ਬਲੂ ਕਲਰ ਸਿਲੈਕਟ ਬੈਨੀਫੀਸ਼ੀਰੀ ਲਿਖਿਆ ਆਵੇਗਾ ਤੁਸੀਂ ਉਸ ਨੂੰ ਸਿਲੈਕਟ ਕਰ ਲੈਣਾ ਹੈ ਜਿਸ ਤਰੀਕੇ ਤੁਸੀਂ ਸਿਲੈਕਟ ਬੈਨੀਫੀਸ਼ੀਰੀ ਨੂੰ ਟੱਚ ਕਰੋਗੇ ਤਾਂ ਨਵਾਂ ਪੇਜ ਖੁੱਲੇਗਾ ਜਿਹਦੇ ਵਿੱਚ ਕੀ ਤੁਸੀਂ ਉਸ ਬੈਨੀਫੀਸ਼ੀਰੀ ਦਾ ਨਾਮ ਭਰਨਾ ਹੈ ਉਸ ਬੱਚੇ ਦਾ ਨਾਮ ਜਿਹਦੇ ਤੁਸੀਂ ਪੈਸੇ ਨਹੀਂ ਪਾਈ ਜਾਂ ਸਿੰਗਲ ਅਕਾਊਂਟ ਬੱਚਾ ਹੈ ਸਿੰਗਲ ਬੱਚੇ ਦਾ ਜੋ ਪੈਸੇ ਰਹਿੰਦੇ ਆ ਤਾਂ ਨਾਮ ਭਰਦੇ ਹੀ ਔਰ ਉਸ ਦਾ ਅਕਾਊਂਟ ਨੰਬਰ ਭਰਦੇ ਹੀ نیچے ਉਹ ਸਰਚ ਕਰੋਗੇ ਤਾਂ ਉਸ ਬੱਚੇ ਦਾ ਜੋ ਕਿ ਤੁਸੀਂ ਬੱਚਾ ਪਹਿਲਾਂ ਹੀ ਬੈਨੀਫੀਸ਼ੀਰੀ ਵਿੱਚ ਐਡ ਕੀਤਾ ਤਾਂ ਉਸ ਬੱਚੇ ਦਾ ਨਾਮ ਖੁੱਲ ਜਾਵੇਗਾ ਤੁਹਾਡੇ ਸਾਹਮ ਸੋ ਤੁਸੀਂ ਥੱਲੇ ਉਹ ਸਰਚ ਕਰ ਲੈਣਾ ਹੈ ਸਰਚ ਕਰਦੇ ਹੀ ਤੁਹਾਡੇ ਸਾਹਮਣੇ ਬੱਚੇ ਦੀ ਜੋ ਫੁੱਲ ਡਿਟੇਲ ਹੈ ਉਹ ਖੁੱਲ ਜਾਵੇਗੀ ਸੋ ਇੱਥੇ ਸਟੂਡੈਂਟਸ ਕਰ ਦੇਣਾ ਇੱਕ ਵਾਰੀ ਔਰ ਫਿਰ ਸਰਚ ਕਰਨਾ ਹੈ ਤਾਂ ਇਸ ਤਰ੍ਹਾਂ ਇਹ ਬੱਚੇ ਦਾ ਜੋ ਨਾਮ ਹੈ ਤੁਹਾਡੇ ਸਾਹਮਣੇ ਦੇਖੋ ਖੁੱਲ ਚੁੱਕਾ ਹੈ ਤੁਸੀਂ ਇਸ ਤੋਂ ਬੱਚੇ ਨੂੰ ਸਿਲੇਕਟ ਕਰਕੇ ਉਸ ਦਾ ਆਧਾਰ ਕਾਰਡ ਨੰਬਰ ਜੋ ਵੀ ਡਿਟੇਲ ਉਹਦੀ ਫਿਲ ਕਰਨ ਵਾਲੀ ਹੈ ਫਿਲ ਕਰਕੇ ਉਸ ਤੇ ਜੋ ਬੈਨੀਫਿਸ਼ਰੀ ਦੀ ਪੇਮੈਂਟ ਰਹਿੰਦੀ ਹੈ ਆਪਣੇ ਵੱਲ ਉਸ ਨੂੰ ਕਰ ਸਕਦੇ ਹੋ ਪਰ ਪੈਸਿਆਂ ਵਾਲੀ ਜੋ ਪੁਆਇੰਟਾਂ ਵਾਲੇ ਕੰਨੀ ਜਾ ਸਕਦੀ ਹੈ ਇਸ ਵਿੱਚ